ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਬੈਕ ਮਾਈ ਚੈਨਲ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਅੱਜ ਦਾ ਟੋਪਿਕ ਇਹ ਹੈ ਕਿ ਮੈਂ ਕਾਰ ਸਰਵਿਸ ਕਰਾਉਣ ਲਈ ਆਇਆ ਅਤੇ ਇੱਥੇ ਸਾਈਨ ਆ ਗਿਆ ਸੀ ਕਾਰ ਦੇ ਵਿੱਚ। ਇੰਡੀਆ ਦੇ ਵਿੱਚ ਇਹ ਹੁੰਦਾ ਕਿ 10,000 ਜਾਂ ਜਿਸ ਤਰ੍ਹਾਂ ਪਹਿਲਾਂ ਆਪਾਂ ਨਵੀਂ ਗੱਡੀ ਲੈਂਦੇ ਹਾਂ ਤਾਂ 5,000 ਕਿਲੋਮੀਟਰ 'ਤੇ ਸਰਵਿਸ ਕਰਾਉਂਦੇ ਹਾਂ ਅਤੇ ਉਸ ਤੋਂ ਬਾਅਦ 10,000 'ਤੇ, ਫਿਰ ਉਸ ਤੋਂ ਬਾਅਦ 10,000 'ਤੇ ਗੱਡੀ ਦੀ ਸਰਵਿਸ ਕਰਾਉਂਦੇ ਹਾਂ ਅਤੇ ਉੱਥੇ ਗੱਡੀ ਛੱਡ ਕੇ ਆ ਜਾਂਦੇ ਹਾਂ। ਜਾਂ ਬਹੁਤ ਟਾਈਮ ਵੀ ਲੱਗਦਾ ਹੁੰਦਾ ਜੇ ਸਰਵਿਸ ਸੈਂਟਰ ਦੇ ਵਿੱਚ ਆਪਾਂ ਏਜੰਸੀ ਦੇ ਵਿੱਚ ਗੱਡੀ ਸਰਵਿਸ ਕਰਾਉਂਦੇ ਹਾਂ। ਅਤੇ ਇੱਥੇ ਇਹ ਹੁੰਦਾ ਵੀ ਇਹਦੇ ਵਿੱਚ ਤੁਹਾਨੂੰ ਸਾਈਨ ਆ ਜਾਂਦਾ ਕਿ ਜਦੋਂ ਸਾਈਨ ਆ ਗਿਆ ਉਦੋਂ ਤੁਸੀਂ ਇਹਨੂੰ ਮੈਂਟੇਨੈਂਸ ਕਰਾਉਣਾ, ਇਹਦੀ ਸਰਵਿਸ ਕਰਾਉਣੀ ਹੈ ਅਤੇ ਆਇਲ ਚੇਂਜ ਜੋ ਵੀ ਉਹਨਾਂ ਦੀ ਸਰਵਿਸ ਦੇ ਵਿੱਚ ਹੁੰਦਾ ਉਹ ਇੱਥੇ ਲਿਖਿਆ ਆਏਗਾ ਉਹਦੇ ਵਿੱਚ, ਫਿਰ ਆਪਾਂ ਇੱਥੇ ਇਹਨੂੰ ਗੱਡੀ ਨੂੰ ਲੈ ਕੇ ਆਉਣਾ। ਅਤੇ ਤੁਸੀਂ ਵੇਖ ਸਕਦੇ ਹੋ ਅਤੇ ਇੱਥੇ ਮੀਟਰ ਦੇ ਵਿੱਚ ਮੈਨੂੰ ਲਿਖਿਆ ਹੋਇਆ ਆਇਆ ਸੀ ਮੈਂਟੇਨੈਂਸ ਡਿਊ ਸੂਨ B1 ਲਿਖਿਆ ਹੋਇਆ, ਅਤੇ ਇਹ ਸਾਈਨ ਆਇਆ ਕਿ ਗੱਡੀ ਦੀ ਆਪਣੀ ਮੈਂਟੇਨੈਂਸ ਸਰਵਿਸ ਕਰਾਓ। ਅਤੇ ਹੁਣ ਮੈਂ ਇੱਥੇ ਸਰਵਿਸ ਸੈਂਟਰ ਆਇਆ। ਇਹ ਗੱਡੀ ਜਿਹੜੀ ਹੈਗੀ ਹੈ ਕਾਰ, ਇਹ ਹੈਗੀ ਹੈ ਹੋਂਡਾ ਕੋਡ ਦੀ, ਅਤੇ ਇੱਥੇ ਮੈਂ ਆਪਣੇ ਸਰਵਿਸ ਸੈਂਟਰ ਦੇ ਵਿੱਚ ਇਹਨੂੰ ਸਰਵਿਸ ਕਰਾਉਣ ਲਈ ਲੈ ਕੇ ਆਇਆ। ਆਪਣੇ ਇੰਡੀਆ ਦੇ ਵਿੱਚ ਕੁਝ ਹੋਰ ਸਿਸਟਮ ਹੈ ਕਾਰ ਸਰਵਿਸ ਦਾ ਜਾਂ ਜੋ ਵੀ ਆਪਣਾ ਹੈਗਾ, ਅਤੇ ਇੱਥੇ ਕੁਝ ਹੋਰ ਸਿਸਟਮ ਹੈ, ਅਤੇ ਉਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਇੱਥੇ ਜੋ ਸਿਸਟਮ ਹੈਗਾ ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ, ਅਤੇ ਮੈਂ ਇਹ ਵੀਡੀਓ ਬਣਾ ਰਿਹਾ ਅਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗਾ। ਲਾਈਨਸ ਦੇ ਵਿੱਚ ਮੈਂ ਲੱਗਿਆ ਹੋਇਆ ਕਿ ਜਦੋਂ ਵੀ ਇੱਥੇ ਆਪਾਂ ਆਉਂਦੇ ਹਾਂ ਅਤੇ ਸਿੱਧਾ ਇੱਥੇ ਗੱਡੀ ਆ ਕੇ ਲਾ ਦਿੰਦੇ ਹਾਂ, ਅਤੇ ਕਈ ਵਾਰੀ ਰਸ਼ ਹੁੰਦਾ, 5 ਗੱਡੀਆਂ 10 ਗੱਡੀਆਂ ਲੱਗੀਆਂ ਹੁਣ ਅਤੇ ਟਾਈਮ ਵੀ ਲੱਗ ਸਕਦਾ, ਬਟ ਅੱਜ ਕੋਈ ਕਾਰ ਅੱਗੇ ਹੈ ਨਹੀਂ ਸੀ, ਸਿਰਫ ਇੱਕ ਕਾਰ ਅੱਗੇ ਲੱਗੀ ਹੋਈ ਸੀ ਜਿਹਦੀ ਆਲਰੇਡੀ ਸਰਵਿਸ ਹੋ ਰਹੀ ਸੀ, ਸੋ ਉਹ ਕਾਰ ਵੀ ਡਨ ਹੋ ਗਈ ਹੈ ਹੁਣ। ਅਤੇ ਉੱਥੋਂ ਇੱਕ ਇੰਪਲੋਈ ਆਏਗਾ ਅਤੇ ਉਹਨਾਂ ਨੇ ਮੈਨੂੰ ਇੱਥੇ ਪੁੱਛਣਾ ਹੈਗਾ ਵੀ ਤੁਹਾਡੀ ਗੱਡੀ ਕਿੰਨੀ ਚੱਲੀ ਹੈ, ਕਿੰਨੇ ਤੁਹਾਡੇ ਮੀਟਰ ਦੇ ਵਿੱਚ ਕਿੰਨੇ ਯੂਨਿਟ ਹੋ ਗਏ ਨੇ, ਸੋ ਉਹਨਾਂ ਨੇ ਨੋਟ ਕਰਕੇ ਇਹ ਚੀਜ਼ ਲੈ ਜਾਣੀ ਹੈ। ਅਤੇ ਉੱਥੋਂ ਫਿਰ ਇੱਕ ਵਰਕਰ ਆਏਗਾ, ਵਰਕਰ ਆ ਕੇ ਇਹ ਕਾਰ ਆਪਣੀ ਉੱਥੇ ਲੈ ਜਾਏਗਾ ਅਤੇ ਲਗਾ ਕੇ ਉਹਨਾਂ ਨੇ ਸਰਵਿਸ ਸ਼ੁਰੂ ਕਰ ਦੇਣੀ ਹੈ, ਅਤੇ ਮੈਂ ਇੱਥੇ ਬਾਹਰ ਵੇਟ ਕਰਾਂਗਾ। ਅਤੇ ਠੀਕ ਹੈ ਜੀ, ਆਪਾਂ ਮਿਲਦੇ ਹਾਂ ਥੋੜ੍ਹੀ ਦੇਰ 'ਚ। Air 634. And are we doing the tire rotation? Yeah. And has the car been here before? One time? Yeah. And your phone number to call you? Yeah. Okay, sorry. I'll get it checked in for you, okay? They'll pull it in a few minutes. Okay, thank you. ਹਾਂ ਜੀ, ਉਹ ਲੇਡੀਜ਼ ਆਈ ਸੀ ਇੱਕ ਅਤੇ ਉਹ ਮਾਈਲੇਜ 'ਤੇ ਲੈ ਕੇ ਲੈ ਗਈ ਹੈ ਨੋਟ ਕਰਕੇ, ਅਤੇ ਉਹਨਾਂ ਨੇ ਕਿਹਾ ਵੀ ਥੋੜ੍ਹੀ ਦੇਰ ਦੇ ਵਿੱਚ ਉਹ ਵਰਕਰ ਆਏਗਾ ਅਤੇ ਕਾਰ ਅੱਗੇ ਲੈ ਜਾਏਗਾ। ਸੋ ਮੇਰੇ ਖਿਆਲ ਹੁਣ ਉਹ ਆਉਣ ਵਾਲਾ ਹੀ ਹੈ, ਅਤੇ ਅੱਗੇ ਦੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਅਤੇ ਇੱਕ ਵਾਰੀ ਕਾਰ ਉਹ ਆਪਣੀ ਜਗ੍ਹਾ 'ਤੇ ਲਗਾ ਦੇਣ ਅਤੇ ਸਰਵਿਸ ਸ਼ੁਰੂ ਹੋ ਜਾਵੇ। ਹਾਂਜੀ, ਉਹ ਵਰਕਰ ਆ ਗਿਆ। ਹੈਲੋ, ਸੋਰੀ ਬਾਤ ਹੈ। ਉਹਨਾਂ ਨੇ ਹੁਣ ਗੱਡੀ ਥੱਲੇ ਵੀ ਕਰ ਲਈ ਹੈ, ਅਤੇ ਬਸ ਮੇਰੇ ਖਿਆਲ 5-10 ਮਿੰਟ ਹੋਰ ਗੱਡੀ ਰੇਡੀ ਹੈ। ਅਤੇ ਇਹ ਥੋੜ੍ਹੇ ਜਿਹੇ ਫੰਕਸ਼ਨ ਜਿਸ ਤਰ੍ਹਾਂ ਗੱਡੀ ਦੇ ਹੈਗੇ ਹੈ ਉਹ ਆਟੋਮੈਟਿਕ ਗੱਡੀ ਦੇ ਸਾਰੇ ਫੰਕਸ਼ਨ ਹੈਗੇ ਹੈ, ਅਤੇ ਆਪਣੇ ਇੰਡੀਆ ਦੇ ਵਿੱਚ ਉਹ ਫੰਕਸ਼ਨ ਜੇ ਆ ਵੀ ਜਾਣ ਤਾਂ ਗੱਡੀਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਉਹ ਥੋੜ੍ਹੇ ਜਿਹੇ ਫੰਕਸ਼ਨ ਮੈਂ ਤੁਹਾਨੂੰ 1-2 ਜਿਹੜੇ ਹੈਗੇ ਸਪੈਸ਼ਲ ਜਿਹੜੇ ਵੱਖਰੇ ਹੈਗੇ ਹੈ ਉਹ ਮੈਂ ਤੁਹਾਨੂੰ ਹੁਣ ਦੱਸਾਂਗਾ ਬਾਅਦ ਦੇ ਵਿੱਚ, ਅਤੇ ਮੈਂ ਪਹਿਲਾਂ ਗੱਡੀ ਲੈ ਲਵਾਂ ਜੀ। ਹਾਂਜੀ, ਸਰਵਿਸ ਹੋ ਗਈ ਹੈ ਅਤੇ ਪੇਪਰ ਉਹਨਾਂ ਨੇ ਮੈਨੂੰ ਦੇ ਦਿੱਤੇ ਹੈ, ਅਤੇ ਇਹਦੇ ਵਿੱਚ ਉਹਨਾਂ ਨੇ ਇਹਦੀ ਟਾਇਰਾਂ ਦੀ ਰੋਟੇਸ਼ਨ 'ਚ ਚੇਂਜ ਕੀਤੀ ਹੈ, ਸਾਰੇ ਟਾਇਰ ਰੋਟੇਟ ਕੀਤੇ ਨੇ, ਅਤੇ AC ਫਿਲਟਰ ਚੇਂਜ ਕੀਤਾ, ਫਿਊਲ ਫਿਲਟਰ ਚੇਂਜ ਕੀਤਾ, ਅਤੇ ਉਹਦੇ ਵਿੱਚ ਆਇਲ ਚੇਂਜ ਕੀਤਾ ਉਹਨਾਂ ਨੇ। ਇਹ ਚੀਜ਼ਾਂ ਉਹਨਾਂ ਨੇ ਸਰਵਿਸ ਦੇ ਵਿੱਚ ਕੀਤੀਆਂ ਨੇ। ਇਹਦੇ ਵਿੱਚ ਇਹ ਵੀ ਇੰਡੀਆ ਦੀ ਤਰ੍ਹਾਂ ਬਹੁਤ ਜ਼ਿਆਦਾ ਕੁਛ ਨਹੀਂ ਕਰਦੇ, ਇਹ ਥੋੜ੍ਹਾ ਬਹੁਤ ਹੀ ਇਹਦੇ ਵਿੱਚ ਕਰਨ ਵਾਲਾ ਹੁੰਦਾ। ਸੋ ਇੰਡੀਆ ਦੇ ਵਿੱਚ ਤਾਂ ਟਰਾਂਸਮਿਸ਼ਨ ਜੇ ਉਹ ਬੜਾ ਕੁਛ ਕੀਤਾ ਜਾਂਦਾ, ਇੱਥੇ ਇੰਨਾ ਕੁਛ ਨਹੀਂ ਹੁੰਦਾ ਕਿਉਂਕਿ ਇੱਥੇ ਗੱਡੀਆਂ ਹੋਰ ਹਿਸਾਬ ਦੀਆਂ ਨੇ, ਇੰਡੀਆ ਦੇ ਵਿੱਚ ਗੱਡੀਆਂ ਹੋਰ ਹਿਸਾਬ ਦੀਆਂ ਨੇ। ਇੰਡੀਆ ਦੇ ਵਿੱਚ ਕੀ ਹੈ, ਸਾਰੀਆਂ ਗੱਡੀਆਂ ਗੇਅਰਾਂ ਵਾਲੀਆਂ ਹੁੰਦੀਆਂ ਨੇ, ਅਤੇ ਇੱਥੇ ਆਟੋਮੈਟਿਕ ਕਾਰਾਂ ਨੇ
ਇਹਦੇ ਵਿੱਚ ਇੰਨਾ ਕੁਛ ਕਰਨ ਵਾਲਾ ਹੁੰਦਾ ਨਹੀਂ ਤੇ ਇਹ ਗੱਡੀਆਂ ਨੂੰ ਹੁੰਦਾ ਵੀ ਕੁਛ ਨਹੀਂ ਹੈ। ਸੋ ਵੈਸੇ ਇਹਨਾਂ ਨੇ ਮੇਰੇ ਤੋਂ $62 ਸਰਵਿਸ ਦੇ ਲਏ ਹੈਗੇ ਆ ਤੇ ਇਹ ਗੱਡੀ ਦੇ ਵਿੱਚ ਕਈ ਫੰਕਸ਼ਨ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਇੰਡੀਆ ਕਾਰਾਂ ਦੇ ਵਿੱਚ ਹੁੰਦੇ ਨਹੀਂ ਹੈ। ਬਟ ਜੇ ਇੰਡੀਆ ਇਸ ਤਰ੍ਹਾਂ ਦੇ ਫੰਕਸ਼ਨ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਫੰਕਸ਼ਨ ਉੱਥੇ ਕਾਰਾਂ ਦੇ ਵਿੱਚ ਆ ਵੀ ਜਾਣ ਤੇ ਉਹ ਕਾਮਯਾਬ ਨਹੀਂ ਹੋ ਸਕਦੇ। ਸੋ ਤਾਂ ਕਰਕੇ ਇੱਥੇ ਜਿਹੜੇ ਇਹਨਾਂ ਕਾਰਾਂ ਦੇ ਵਿੱਚ ਫੰਕਸ਼ਨ ਹੈਗੇ ਹੈ ਉਹ ਕਾਮਯਾਬ ਵੀ ਹੈਗੇ ਹੈ ਅਤੇ ਯੂਜ਼ਫੁੱਲ ਵੀ ਹੈਗੇ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਤਾਂ ਜਿਸ ਤਰ੍ਹਾਂ ਆਪਾਂ ਜਿਹੜੀ ਕਾਰ ਦੀ ਕੀ ਹੈਗੀ ਹੈ ਉਹ ਜੇਬ ਦੇ ਵਿੱਚ ਹੋਣੀ ਚਾਹੀਦੀ ਹੈ, ਬਸ ਬਾਹਰ ਕੱਢਣ ਦੀ ਲੋੜ ਨਹੀਂ ਹੈ ਉਹਨੂੰ। ਜਿਸ ਤਰ੍ਹਾਂ ਇਹ ਕਾਰ ਦੀ ਕੀ ਹੈ ਇਹ ਮੇਰੀ ਪੋਕਿਟ ਦੇ ਵਿੱਚ ਹੈ ਅਤੇ ਇਹਨੂੰ ਬਾਹਰ ਕੱਢਣ ਦੀ ਲੋੜ ਨਹੀਂ ਹੈ। ਅਤੇ ਜਿਸ ਤਰ੍ਹਾਂ ਕਾਰ ਲੌਕ ਹੈ ਅਤੇ ਆ ਕੇ ਇਹਨੂੰ ਕਾਰ ਨੂੰ ਆਪਾਂ ਅਨਲੌਕ ਕਰਨਾ। ਸੋ ਉਹਦੇ ਵਿੱਚ ਕੀ ਕਰਨਾ ਕਿ ਇੱਥੇ ਹੈਂਡਲ ਦੇ ਵਿੱਚ ਇੱਥੇ ਹੱਥ ਰੱਖਣਾ ਇਸ ਤਰ੍ਹਾਂ ਇਹਦੇ ਵਿੱਚ ਅਤੇ ਇਹ ਅਨਲੌਕ ਹੋ ਗਈ ਹੈ। ਬਸ ਇਹ ਵੀ ਚਾਬੀ ਜਿਹੜੀ ਆਪਣੇ ਕੋਲ ਹੋਣੀ ਚਾਹੀਦੀ ਹੈ। ਅਨਲੌਕ ਹੋ ਗਈ ਅਤੇ ਇਹਨੂੰ ਆਪਾਂ ਖੋਲ ਲਿਆ, ਦੈਟਸ ਇਟ। ਠੀਕ ਹੈ, ਇਹ ਹੋ ਗਿਆ ਅਨਲੌਕ ਕਰਨ ਦਾ ਪ੍ਰੋਸੈਸ ਹੋ ਗਿਆ ਕਾਰ ਨੂੰ। ਅਤੇ ਉਸ ਤੋਂ ਬਾਅਦ ਜਦੋਂ ਆਪਾਂ ਕਾਰ ਤੋਂ ਬਾਹਰ ਉਤਰਦੇ ਹਾਂ ਉਤਰਨ ਟਾਈਮ ਕੀ ਕਰਨਾ ਕਿ ਇਸ ਨੂੰ ਇੱਥੇ ਇਸ ਤਰ੍ਹਾਂ ਬਸ ਪ੍ਰੈਸ ਕਰਨਾ ਅਤੇ ਇਹ ਕਾਰ ਤੁਹਾਡੀ ਲੌਕ ਹੋ ਗਈ, ਦੈਟਸ ਇਟ। ਯਾਨੀ ਕਿ ਜਿਹੜੀ ਕੀ ਹੈਗੀ ਹੈ ਚਾਬੀ ਹੈਗੀ ਹੈ ਉਹਨੂੰ ਬਾਹਰ ਕੱਢਣ ਦੀ ਲੋੜ ਨਹੀਂ ਹੈ ਅਤੇ ਉਸ ਤੋਂ ਅਨਲੌਕ ਜਾਂ ਲੌਕ ਕਰਨ ਦੀ ਵੀ ਆਪਾਂ ਨੂੰ ਨੀਡ ਨਹੀਂ ਹੈ। ਇੱਥੋਂ ਹੀ ਸਾਰਾ ਕੁਛ ਹੋ ਜਾਂਦਾ ਹੈ। ਜੇ ਇਹਦੇ ਵਿੱਚ ਇਸ ਤਰ੍ਹਾਂ ਹੱਥ ਪਾਓ ਅਤੇ ਅਨਲੌਕ ਹੋ ਗਈ, ਉਸ ਤੋਂ ਬਾਅਦ ਬਾਹਰੋਂ ਇਹਨੂੰ ਪ੍ਰੈਸ ਕਰ ਦਿਉ ਅਤੇ ਲੌਕ ਹੋ ਗਈ। ਇੱਕ ਫੰਕਸ਼ਨ ਇਹ ਹੋ ਗਿਆ। ਦੂਸਰਾ ਫੰਕਸ਼ਨ ਇਹਦੇ ਵਿੱਚ ਇਹ ਹੈਗਾ ਕਿ ਜਿਸ ਤਰ੍ਹਾਂ ਕਾਰ ਸਟਾਰਟ ਕਰ ਲਈ, ਸਟਾਰਟ ਹੋ ਗਈ ਹੈ ਅਤੇ ਮੇਨ ਰੋਡ 'ਤੇ ਆਪਾਂ ਜਿਸ ਤਰ੍ਹਾਂ ਜਾ ਰਹੇ ਹਾਂ, ਇੱਕ ਤਾਂ ਇਹ ਹੈਗਾ ਕਰੂਜ਼ ਇੱਥੇ ਸੈੱਟ ਕਰ ਦੇਣਾ, ਜੋ ਵੀ ਤੁਹਾਡੀ ਸਪੀਡ ਹੈਗੀ ਆ ਉਹ 'ਤੇ ਕਰੂਜ਼ ਸੈੱਟ ਕਰਤਾ। ਉਸ ਤੋਂ ਬਾਅਦ ਇਹ ਵਾਲਾ ਬਟਨ ਜੇ ਪ੍ਰੈਸ ਕਰਦੇ ਹਾਂ ਤਾਂ ਇਹ ਲਾਈਨ ਚੇਂਜ ਨਹੀਂ ਕਰਦੀ। ਠੀਕ ਹੈ ਜੀ, ਮੇਨ ਰੋਡ 'ਤੇ ਜਿਸ ਤਰ੍ਹਾਂ ਜਾਂਦੇ ਹਾਂ ਲਾਈਨ ਚੇਂਜ ਨਹੀਂ ਹੁੰਦੀ, ਸਟੇਅਰਿੰਗ ਤੁਸੀਂ ਛੱਡ ਦਿਉ ਲਾਈਨ ਚੇਂਜ ਨਹੀਂ ਹੁੰਦੀ। ਬਟ ਇਹ ਹੈ ਵੀ ਆਪਾਂ ਜ਼ਿਆਦਾ ਟਾਈਮ ਸਟੇਅਰਿੰਗ ਛੱਡ ਨਹੀਂ ਸਕਦੇ ਕਿਉਂਕਿ ਇਹ ਸਟੇਅਰਿੰਗ ਰਿਕੁਆਇਰਡ ਇਸਦਾ ਕਰਕੇ ਆਉਣ ਲੱਗ ਜਾਂਦਾ। ਅਤੇ ਆਪਾਂ ਬਸ ਜਸਟ ਇਸ ਤਰ੍ਹਾਂ ਥੋੜ੍ਹਾ ਜਿਹਾ ਹੱਥ ਰੱਖ ਦਈਏ ਇਹਦੇ ਉੱਤੇ ਅਤੇ ਤਾਂ ਵੀ ਕੰਮ ਚੱਲ ਜਾਂਦਾ, ਬਟ ਇਹਨੂੰ ਬਿਲਕੁਲ ਨਹੀਂ ਛੱਡਣਾ। ਉਸ ਤੋਂ ਬਾਅਦ ਇਹ ਵਾਲਾ ਬਟਨ ਜਿਹੜਾ ਹੈਗਾ ਇਹਨੂੰ ਪ੍ਰੈਸ ਕਰਾਂਗੇ ਅਤੇ ਇਹ ਡਿਸਟੈਂਸ ਮੇਨਟੇਨ ਕਰਦੀ ਹੈ ਜਿਹੜੀ ਅੱਗੇ ਕਾਰ ਜਾ ਰਹੀ ਹੈ ਕਿ ਉਹਦੇ ਤੋਂ ਕਿੰਨੀ ਦੂਰ ਆਪਾਂ ਬ੍ਰੇਕ ਲਗਾਉਣੀ ਹੈ, ਕਿ ਜਿਸ ਤਰ੍ਹਾਂ ਡਿਸਟੈਂਸ ਕਿੰਨਾ ਹੋਣਾ ਚਾਹੀਦਾ ਕਾਰ ਦੇ ਵਿੱਚ, ਅਗਲੀ ਕਾਰ ਦੇ ਵਿੱਚ ਅਤੇ ਆਪਣੀ ਕਾਰ ਦੇ ਵਿੱਚ। ਇਹਦੇ ਵਿੱਚ ਆਪਾਂ ਇਹਨੂੰ ਸੈੱਟ ਕਰਨਾ, ਜਿੰਨਾ ਅਸੀਂ ਡਿਸਟੈਂਸ ਸੈੱਟ ਕਰ ਦਾਂਗੇ ਉਨਾ ਹੋ ਜਾਏਗਾ। ਉਹਦੇ ਵਿੱਚ ਕੀ ਹੈ ਕਿ ਜਦੋਂ ਕਾਰ ਉਹਨੂੰ ਦਿਖੇਗੀ ਅੱਗੇ ਕੋਈ ਕਾਰ ਆ ਰਹੀ ਹੈ ਅਤੇ ਜਿੰਨਾ ਡਿਸਟੈਂਸ ਅਸੀਂ ਸੈੱਟ ਕੀਤਾ ਉਹਨੇ ਡਿਸਟੈਂਸ 'ਤੇ ਉਹਨੇ ਬ੍ਰੇਕ ਲਗਾ ਦੇਣੀ ਇਸ ਕਾਰ ਨੇ ਆਟੋਮੈਟਿਕ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਜਦੋਂ ਉਹਨੂੰ ਸਪੇਸ ਮਿਲਦੀ ਹੈ ਸਾਹਮਣੇ ਵਾਲੀ ਕਾਰ ਥੋੜ੍ਹੀ ਅੱਗੇ ਚਲੀ ਜਾਏਗੀ ਅਤੇ ਇਸ ਕਾਰ ਨੂੰ ਸਪੇਸ ਮਿਲੇਗੀ, ਇਹ ਵਾਲੀ ਕਾਰ ਫਿਰ ਰੇਸ ਫੜ ਲੈਂਦੀ ਹੈ, ਤੇਜ਼ ਹੋ ਜਾਂਦੀ ਹੈ। ਠੀਕ ਹੈ, ਜਿਸ ਤਰ੍ਹਾਂ ਫਿਰ ਕੋਈ ਅੱਗੇ ਕਾਰ ਆ ਗਈ ਅਤੇ ਜਿੰਨਾ ਡਿਸਟੈਂਸ ਅਸੀਂ ਸੈੱਟ ਕੀਤਾ ਉਹਦੇ ਵਿੱਚ ਉਹ ਕਾਰ ਆ ਗਈ ਅਤੇ ਇਹਨੇ ਆਟੋਮੈਟਿਕ ਬ੍ਰੇਕ ਲਗਾ ਲੈਣੀ ਹੈ ਅਤੇ ਉਸ ਤੋਂ ਬਾਅਦ ਜਦੋਂ ਸਪੇਸ ਮਿਲ ਗਈ ਫਿਰ ਆਪਣੀ ਸਪੇਸ ਇਹਨੇ ਰੇਸ ਚੱਕ ਲੈਣੀ ਹੈ ਆਪਣੀ। ਇੱਕ ਫੰਕਸ਼ਨ ਇਹ ਹੈ ਅਤੇ ਇੰਡੀਆ ਦੇ ਵਿੱਚ ਇਹ ਕਾਮਯਾਬ ਨਹੀਂ ਹੋ ਸਕਦਾ ਫੰਕਸ਼ਨ। ਇੱਥੇ ਜਿਹੜਾ ਇਹ ਫਿਊਚਰ ਇਹਨਾਂ ਨੇ ਦਿੱਤਾ ਬਹੁਤ ਵਧੀਆ ਅਤੇ ਯੂਜ਼ਫੁੱਲ ਵੀ ਹੈਗਾ। ਅਤੇ ਜਿਹੜਾ ਕਰੂਜ਼ ਵਾਲਾ ਉਹ ਤਾਂ ਹੁਣ ਇੰਡੀਆ ਦੇ ਵਿੱਚ ਵੀ ਕਾਰਾਂ ਦੇ ਵਿੱਚ ਆਉਂਦਾ ਕਰੂਜ਼ ਸਿਸਟਮ ਜਿਹੜਾ ਹੈਗਾ, ਬਟ ਉੱਥੇ ਲੋਕੀ ਲਗਾ ਨਹੀਂ ਸਕਦੇ ਕਿਉਂਕਿ ਥੋੜ੍ਹਾ ਜਿਹਾ ਅੱਗੇ ਗਏ ਫਿਰ ਬ੍ਰੇਕ ਲਾਉਣੀ ਪੈ ਜਾਂਦੀ ਹੈ, ਕੋਈ ਕਾਰ ਆ ਗਈ, ਰਿਕਸ਼ੇ ਵਾਲਾ ਆ ਗਿਆ, ਕੋਈ ਆਟੋ ਵਾਲਾ ਆ ਗਿਆ, ਹੈ ਨਾ। ਅਤੇ ਇਹ ਤਰ੍ਹਾਂ ਨਹੀਂ, ਉਹ ਕਾਮਯਾਬ ਨਹੀਂ ਹੈ ਕਰੂਜ਼ ਵਾਲਾ ਸਿਸਟਮ। ਅਤੇ ਦੂਜਾ ਜਿਹੜਾ ਆਟੋ ਬ੍ਰੇਕ ਵਾਲਾ ਉਹ ਫਿਰ ਇੱਥੇ ਜਿਹੜਾ ਇਹ ਬਹੁਤ ਯੂਜ਼ਫੁੱਲ ਹੈਗਾ, ਆਟੋ ਬ੍ਰੇਕ ਲੱਗ ਜਾਂਦੀ ਹੈ ਕਾਰ ਦੀ ਅਤੇ ਇੱਕ ਜਿਹੜੀ ਲਾਈਨ ਵੀ ਚੇਂਜ ਨਹੀਂ ਹੁੰਦੀ। ਇਹ ਦੋ ਫੰਕਸ਼ਨ ਇਹਦੇ ਬਹੁਤ ਵਧੀਆ ਨੇ। ਅਤੇ ਇੱਕ ਫੰਕਸ਼ਨ ਹੋਰ ਹੈ, ਜਿਸ ਤਰ੍ਹਾਂ ਹੁਣ ਆਪਾਂ ਪਹੁੰਚ ਗਏ ਹਾਂ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਕਾਰ ਨੂੰ ਔਫ ਕਰ ਦੇਣਾ ਬਟਨ ਇਹਦਾ। ਇੱਥੋਂ ਇਹਨੂੰ ਔਫ ਕਰ ਦਿੱਤਾ, ਕਾਰ ਔਫ ਹੋ ਗਈ। ਉਸ ਤੋਂ ਬਾਅਦ ਜਦੋਂ ਇੱਥੋਂ ਇਸ ਚੀਜ਼ ਨੂੰ ਆਪਾਂ ਇਹਦਾ ਹੈਂਡਲ ਓਪਨ ਕਰਦੇ ਹਾਂ, ਆਪਾਂ ਇਹਦੀ ਡੋਰ ਜਿਹੜੀ ਹੈ ਅਤੇ ਇਹਦੀ ਓਪਨ ਕੀਤਾ ਅਤੇ ਇਹ ਜਿਹੜੀ ਸੀਟ 'ਤੇ ਬੈਠੇ ਹਾਂ ਨਾ ਆਪਾਂ, ਇਹ ਸੀਟ ਹੌਲੀ 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 ਪਿੱਛੇ ਜਾਂਦੀ ਹੈ ਤਾਂ ਕਿ ਸਾਨੂੰ ਸਪੇਸ ਮਿਲ ਸਕੇ ਕਾਰ ਤੋਂ ਉਤਰਨ ਲਈ, ਤਾਂ ਕਰਕੇ ਇਹ ਥੋੜ੍ਹੀ ਸੀਟ ਜਿਹੜੀ ਹੈ ਪਿੱਛੇ ਨੂੰ ਹੁੰਦੀ ਹੈ।
डोर ओपन करन तो बाद सीट पिछे नूं होण लग जांदी है कि तुहानूं स्पेस मिल सके बाहर उतरन लई। एक फंक्शन ए वी है इहदे विच, ते दूसरा फंक्शन इहदे विच ए है कि आ वेखो ए हैगा 1 नंबर ते हैगा 2 नंबर, ठीक है जी। ये हुण 1 नंबर दे हिसाब नाल जिहड़ी मेरी सीट है ओह मैं सैट कीती हुई है, जिस तरह उपर थले लैफ्ट राइट अगे पिछे जा जिनी भी आप बैक साइड जिनी भी आप सैट करनी है अपने हिसाब नाल कर ली, तो वह एक नंबर पर सैट है। हुण दूसरा परसन जिहड़ा सैकेंड परसन कोई कार चला रहा तुहाडी फैमिली दे विच, जिवें वाइफ है जां तुहाडा ब्रदर है कोई भी है, सैकेंड परसन जिहड़ा कार चला रहा उन्हें की करना है कि इनू सीट नू एडजस्ट करन दी लोड़ नहीं है कि अगे पिछे जा, है ना ਹੁਣ ਆ ਗਿਆ ਜੀ, ਤੇ ਸੀਟ ਨੂੰ ਅੱਗੇ ਪਿੱਛੇ ਐਡਜਸਟ ਕਰਨ ਦੀ ਲੋੜ ਨਹੀਂ ਹੈ। ਉਹਨੇ ਆਪਣਾ ਜਿਹੜਾ ਤੁਹਾਡਾ ਪਰਮਾਨੈਂਟ ਪੱਕਾ ਬੰਦਾ ਕੋਈ ਫੈਮਿਲੀ ਮੈਂਬਰ ਕਾਰ ਚਲਾ ਰਿਹਾ, ਉਹਨੇ ਆਉਂਦਿਆਂ ਹੀ ਸੈਕਿੰਡ ਪਰਸਨ ਵਾਲਾ ਬਟਨ ਇੱਥੇ ਜਿਹੜਾ ਹੈਗਾ 2 ਨੰਬਰ ਵਾਲਾ ਬਟਨ, ਠੀਕ ਹੈ ਜੀ, ਇਹ 2 ਨੰਬਰ ਵਾਲਾ ਬਟਨ ਜਿਹੜਾ ਇਹ ਪ੍ਰੈਸ ਕਰਨਾ। उस तो बाद ओदी सीट जिमें उन्हें सैट कीती हुई है दूसरे बंदे ने उस तरह उत्थे सीट वो एडजस्ट हो जाएगी अगे पिछे जिमें भी उन्हें अपनी सैट कीती हुई है। एक गल होर, जे हुण फर्ज करो एक की चाबी मेरे कोल है, उस ते चाबी दे उत्ते लिखिया 1 नंबर, 2 चाबियां नाल मिलदियां ने, दूजी दे उत्ते लिखिया 2 नंबर। हुण जे ओ वाला बंदा सैकेंड परसन जिहड़ा है ਉਹ ਦੂਸਰੀ ਚਾਬੀ ਲੈ ਕੇ ਆ ਰਿਹਾ ਹੈ, ਉਸ ਉਹਦੀ ਜੇਬ ਦੇ ਵਿੱਚ ਦੂਸਰੀ ਚਾਬੀ ਹੈ, ਅਤੇ ਇਹਨੇ ਕਾਰ ਨੇ ਆਟੋਮੈਟਿਕ ਡਿਟੈਕਟ ਕਰ ਲੈਣਾ ਕਿ ਇਹਦੇ ਕੋਲ ਦੂਸਰੀ ਚਾਬੀ ਹੈ, ਅਤੇ ਉਸ ਹਿਸਾਬ ਨਾਲ ਹੀ ਇਹ ਕਾਰ ਦੀ ਜਿਹੜੀ ਸੀਟ ਹੈ ਉਹ ਐਡਜਸਟ ਹੋ ਜਾਣੀ ਹੈ। ਉਹਨੂੰ ਇਹ 2 ਨੰਬਰ ਵਾਲਾ ਜਿਹੜਾ ਸੈਕਿੰਡ ਨੰਬਰ ਬਟਨ ਹੈ ਉਹ ਵੀ ਪ੍ਰੈਸ ਕਰਨ ਦੀ ਲੋੜ ਨਹੀਂ ਹੈ, ਅਤੇ ਉਹ ਆਪੇ ਐਡਜਸਟ ਹੋ ਜਾਣੀ ਹੈ। ਇਸ ਤਰ੍ਹਾਂ ਦੇ ਫਿਊਚਰ ਇਹ ਕਾਰ ਦੇ ਵਿੱਚ ਦਿੱਤੇ ਹੋਏ ਨੇ। ਇਹ ਛੋਟੀ ਜਿਹੀ ਵੀਡੀਓ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨੀ ਸੀ, ਅਤੇ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਚੈਨਲ ਦੀ ਸਪੋਰਟ ਲਈ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਮੇਰੀ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ। ਸੋ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ, ਮੇਰੀ ਇੰਸਟਾਗ੍ਰਾਮ ਆਈਡੀ ਹੈ @singmedia32। ਕੋਈ ਗੱਲ ਕਰਨੀ ਹੋਵੇ, ਪੁੱਛਣੀ ਹੋਵੇ, ਤਾਂ ਉਸ 'ਤੇ ਵੀ ਤੁਸੀਂ ਮੈਨੂੰ DM ਕਰ ਸਕਦੇ ਹੋ, ਅਤੇ ਮੈਂ ਰਿਪਲਾਈ ਜ਼ਰੂਰ ਕਰਾਂਗਾ। ਸੋ ਇੱਕ ਇਹ ਛੋਟੀ ਜਿਹੀ ਵੀਡੀਓ ਇਨਫੋਰਮੇਟਿਵ ਵੀਡੀਓ ਸੀ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਕੀਪ ਮੋਟੀਵੇਟਿੰਗ, ਕੀਪ ਵਾਚਿੰਗ, ਪਲੀਜ਼ ਬੀ ਸੇਫ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ। ਆਪਾਂ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਟੇਕ ਕੇਅਰ, ਬਾਏ ਬਾਏ।